ਘਰੇ ਜਾਣ ਦੀ ਤਿਆਰੀ। ਮਾਮਾ ਜੀ ਕਹਿੰਦੇ ਮੀਂਹ 'ਚ ਨਾਲ ਨਹੀਂ ਬੈਠੀ ਦਾ ਹੁੰਦਾ ਬੱਦਲ ਬੁੱਦਲ 'ਚ। ਮਾਮਾ ਜੀ ਤਾਂ ਕਹਿੰਦੇ ਆਪ ਬਿਮਾਰ ਫਿਰਦੇ ਨੇ। ਅਤੇ ਉਸਤਾਦ ਕਿੱਥੇ ਗਿਆ, ਕਿੱਧਰ ਗਿਆ ਕਿੱਧਰ ਗਿਆ? ਉਹ ਭਰਾਵਾ ਜਿੱਦਣ ਦਾ ਹੋਇਆ ਮੀਂਹ ਪਵਾਈ ਜਾਂਦਾ, ਚੱਲ ਮੁੰਡਾ ਉਹ ਮੂੰਹ 'ਚੋਂ ਭਰਾਵਾ ਹੀ ਨਿਕਲਦਾ ਹਲੇ ਜੀ। ਅੱਜ ਜਾਂ ਜੋਤੇ ਦਾ ਉਹ ਕਰਾਇਆ ਨਾ ਬਹੁਤ ਰੋਇਆ, ਅਤੇ ਮੀਂਹ ਪਈ ਜਾਂਦਾ। ਡੇਢ ਵਜੇ ਦੀ ਛੁੱਟੀ ਹੋਈ ਆ ਅਤੇ 5 ਵਜੇ ਓਏ ਓਏ ਟਿੱਡੀ ਓਏ ਤੇਜ਼ਵੀਰ ਚੱਲ ਚੱਲੀਏ ਘਰੇ। ਓਏ ਤੇਜ਼ਵੀਰ ਵੱਡੀ ਭੂਆ ਡੀਕਦੀ ਆ ਤੇਰੀ ਛੋਟੀ ਨੇ ਤੈਨੂੰ ਦੇਖ ਲਿਆ। ਓਏ ਲਾਈਟ ਵੀ ਆ ਗਈ ਅਤੇ ਹੁਣ ਚੱਲਦੇ ਹਾਂ ਜੀ ਘਰੇ, ਇਹਨਾਂ ਦਾ ਕਰਦੇ ਹਾਂ ਵੈਲਕਮ। ਤੇਰੇ ਤੋਂ ਗੇਟ ਖਿਲਾਈ ਲੈਣੀ ਹੈ, ਦੇਖੀ ਮੰਮੀ ਤੁਹਾਡੇ ਤੋਂ ਵੀ ਲੈਣੀ ਆ ਦੋਨਾਂ ਤੋਂ ਹੈ। ਇੱਕ ਕਿੱਧਰ ਗਈ ਮੰਮੀ ਦੂਈ ਹੈ? ਲਓ ਜੀ ਪਹੁੰਚ ਗਏ ਘਰੇ, ਪਰ ਮੀਂਹ ਪਈ ਜਾਂਦਾ। ਮਾਮਾ ਜੀ ਕਹਿੰਦੇ ਛਤਰੀ ਲੈ ਕੇ ਆ ਗਏ ਨੇ, ਹੈ ਇੰਨਾ ਮੀਂਹ ਇੰਨਾ ਮੀਂਹ। ਅਤੇ ਦੇਖਦੇ ਹਾਂ ਅੱਜ ਘਰ ਦੇ ਕੋਲ ਪਲਾਟ ਦੇ ਵਿੱਚ ਐਡ ਕਰ ਰਹੇ ਹਾਂ ਅਤੇ ਉੱਧਰ ਆ ਗਿਆ ਘਰ ਦੇ ਵਿੱਚ, ਹੁਣ ਹੋ ਰਹੀ ਆ ਐਂਟਰੀ। ਓਏ ਮੇਰਾ ਟੀਡੀ, ਮਾਮੂ ਆ ਗਏ, ਮਾਮੂ ਆ ਗਏ ਪੁੱਤ, ਮਾਮੂ ਆ ਗਿਆ। ਓਏ 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 ਚਾਵਲ ਗਿਆ ਅਤੇ ਲਓ ਬਾਈ ਇਹ ਤੀਜੇ ਬੰਦੇ ਦੀ ਕਿਉਂ ਨਹੀਂ ਐਂਟਰੀ? ਇਹ ਤਿੰਨ ਚਲੇ ਗਏ, ਢਾਈ ਚਲੇ ਗਏ, ਢਾਈ ਚਲੇ ਗਏ। ਕੋਈ ਬਾਤ ਨਹੀਂ ਕੋਈ ਬਾਤ ਨਹੀਂ, ਅਤੇ ਚੰਗਾ ਜੀ ਅਸੀਂ ਵੀ ਆਉਂਦੇ ਹਾਂ। ਇਹ ਕੀ ਆ ਫੜੀਆਂ ਲਖਵਿੰਦਰ ਯਾਰ, ਯਾਰ ਅੰਦਰ ਆ ਕੇ ਹਿਸਾਬ ਕਿਤਾਬ ਕਰ ਲਿਓ, ਲੈ ਲਿਓ ਜਿਹੜੇ ਪੈਸੇ ਲੈਣੇ ਨੇ। ਟਿੱਡੀ ਆ ਜਾ ਤੂੰ ਮੇਰੇ ਵੱਲ, ਉਹ ਟਿੱਡੀ ਯਾਰ ਐਂ ਨਾ ਕਰੋ ਯਾਰ, ਅੰਦਰ ਆ ਲੈਣ ਦੋ, ਕੋਈ ਨਾ ਆ ਕੇ ਕਰ ਲੈਣੇ ਹਿਸਾਬ ਕਿਤਾਬ, ਪੱਕਾ ਦੇ ਦੂੰ ਅੰਦਰ ਆ ਲੈਣ, ਅੰਦਰ ਆ ਕੇ ਦੇ ਦੂੰਗਾ ਜੀ। ਘਰ ਵਿੱਚ ਹੋ ਚੁੱਕੀ ਹੈ ਐਂਟਰੀ ਅਤੇ ਆਉਂਦੇ ਸਾਰ ਭੂਆ ਦੀ ਗੋਦੀ 'ਚ, ਅਤੇ ਇੰਨੇ ਜਾਣੇ ਵੇਟਿੰਗ 'ਚ ਸੀਗੇ ਤੁਸੀਂ, ਹੈ ਤਿਆਰੀ ਕਰਦੇ ਸੀਗੇ ਹੈਂ? ਓਏ ਟੀਡੀ ਉਹ ਵੀਰਾ ਆ ਗਿਆ। ਓਏ ਉਹ ਦੇਖੋ 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 ਕਿਵੇਂ ਦੇਖੂਗਾ ਯਾਰ, ਕਾਕਾ ਕਿੱਥੇ ਆ ਵੀਰਾ? ਆ ਗਈ ਠੀਕ ਹੈ ਪੁੱਤਰੀ, ਵੀਰੇ ਨੂੰ ਪਿਆਰ ਕਰਦੇ। ਓਏ ਆਨ ਅਯਾਨ ਵੀਰਾ ਕਿੱਥੇ ਆ? ਓਏ ਆਨ ਕਾਕਾ ਕਿੱਥੇ ਯਾਰ ਕਾਕਾ? ਆਏ ਆਏ ਵੀਰ ਜੀ, ਛੋਟਾ ਵੀਰ ਜੀ ਕਿੱਥੇ ਆ? ਮਾਮੂ ਓਏ ਓਏ ਟਿੱਡੇ ਕਿੱਥੇ ਆ ਵੀਰਾ, ਕਿੱਥੇ ਵੀਰ ਜੀ ਕਿੱਥੇ? ਛੋਟਾ ਵੀਰਾ ਕਿੱਥੇ ਆ? ਐ ਨਹੀਂ ਹੱਸਣਾ ਤਾਂ, ਹੈ ਐ ਨਹੀਂ ਹੱਸਣਾ। ਗੀਚੀ 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 ਆ ਹੋ ਚੁੱਕੀ ਆ, ਉਹਨਾਂ ਦੀ ਐਂਟਰੀ ਨਹੀਂ ਆਪਾਂ ਤਾਂ ਐਂਟਰੀ ਦਿਖਾ ਸਕਦੇ ਹਾਂ। ਅਤੇ ਆ ਹੋ ਚੁੱਕਿਆ ਸਾਡੇ ਬੇਬੀ ਬੋਏ ਦੇ ਵੈਲਕਮ ਲਈ ਸਾਰਾ ਅਰੇਂਜਮੈਂਟ, ਅਤੇ ਇੱਥੇ ਬਹਿ ਕੇ ਕਟਾਵਾਂਗੇ ਕੇਕ, ਬਹੁਤ ਸੋਹਣਾ ਸਜਿਆ ਇਹਨਾਂ ਦਾ। ਮੈਂ ਉਹਦੇ ਬਰਥਡੇ ਨੂੰ ਸਜਾਇਆ ਸੀਗਾ, ਜਿਹਨਾਂ ਦਾ ਐਂ ਸਜਾ ਤਾ ਹੈ। ਅਤੇ ਉਹਦੇ ਵੈਲਕਮ ਲਈ ਅਸੀਂ ਕੱਟ ਰਹੇ ਹਾਂ ਕੇਕ, ਕੇਕ ਬਹੁਤ ਘੈਂਟ ਬਣਿਆ ਵਾ, ਅਤੇ ਆਹ ਸਾਰੀ ਤਿਆਰੀ ਪ੍ਰੀਤੀ ਨੇ ਕੀਤੀ ਆ। ਸ਼ਾਮ ਦੇ 8 ਵੱਜ ਚੁੱਕੇ ਨੇ, 1 ਵਜੇ ਦੀ ਮਤਲਬ ਪਲੈਨਿੰਗ 1 ਵਜੇ ਦੀ, ਪਰ ਮੀਂਹ ਨਹੀਂ ਹਟਿਆ, ਫਿਰ ਅਸੀਂ ਸ਼ਾਮ ਨੂੰ ਹੀ ਵਧੀਆ ਸੋਚਿਆ ਰਾਤ ਨੂੰ ਪਲੈਨ ਕਰਾਂਗੇ। ਚਲੋ ਮਿਲਦੇ ਹੁਣ ਕੇਕ ਕੱਟਦੇ ਹੋਏ, ਉਹਨਾਂ ਦਾ ਵੈਲਕਮ ਕੇਕ ਜੋ ਸਾਡੇ ਤੇਗ ਵੀਰ ਦਾ ਹੈਗਾ। ਚਲੋ ਅੱਛਾ ਜਲਦੀ 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 ਹਾਲ ਤਾਂ ਦੇਖ ਲਓ, ਮੇਰਾ ਪਾਣੀ ਗਲੀ 'ਚ ਆਉਂਦੇ ਆਉਂਦੇ ਤਾਂ ਕੀ ਹੋਇਆ ਹੋਇਆ। ਅੱਛਾ ਅੱਛਾ ਆ ਗਿਆ ਆ ਗਿਆ, ਤੂੰ ਬਣਾ ਤੂੰ ਤੇਰੀ ਅੱਧੀ ਪ੍ਰੋਪਰਟੀ ਇੱਧਰ ਚਲੀ ਗਈ, ਤੇਰਾ ਅੱਧਾ 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 ਹੋ ਗਿਆ। ਮੇਰੀ ਜਿਹੜੀ ਬੈਠ ਚਾਹੀਦਾ, ਬੈਠ ਚਾਹੀਦਾ ਤੈਨੂੰ।
ਵੀਰਾ ਆ ਗਿਆ ਆ ਗਿਆ ਆ ਗਿਆ ਆ ਗਿਆ ਲੱਭ ਰਿਹਾ ਨਵੀਂ ਚੀਜ਼ ਲੱਭ ਰਿਹਾ ਆ ਸਾਡਾ ਟਿੱਡਾ ਆ ਗਿਆ ਸੀਗਾ ਘਰੇ ਨਾਮ ਰੱਖਿਆ ਆਪਣਾ ਸਿੱਡੇ ਟਿੱਡੇ ਦਾ ਤੇਗ ਵੀਰ ਟੀ ਈ ਜੀ ਪਾ ਕੇ ਕਈ ਜਣੇ ਤੇਜ ਵੀਰ ਕਹੀ ਜਾਂਦੇ ਨੇ ਤੇਗ ਵੀਰ ਰੱਖਿਆ ਆਪਾਂ ਉਹਦਾ ਨਾਮ ਅਤੇ ਹਾਲੇ ਤੱਕ ਤੇਗ ਵੀਰ ਅਤੇ ਤੇਗ ਵੀਰ ਦੇ ਮੰਮਾ ਨੂੰ ਕੁਛ ਨਹੀਂ ਪਤਾ ਕਿ ਉਹਨਾਂ ਲਈ ਸਰਪ੍ਰਾਈਜ਼ ਰੱਖਿਆ ਗਿਆ ਘਰੇ ਅਤੇ ਉਹ ਸਰਪ੍ਰਾਈਜ਼ ਹਾਲੇ ਤੁਹਾਨੂੰ ਵੀ ਨਹੀਂ ਪਤਾ ਆਪਾਂ ਉਹਨਾਂ ਨੂੰ ਵੀ ਸਰਪ੍ਰਾਈਜ਼ ਦਿੰਦੇ ਹਾਂ ਅਤੇ ਤੁਹਾਨੂੰ ਵੀ ਸਰਪ੍ਰਾਈਜ਼ ਦਿੰਦੇ ਹਾਂ ਮਾੜਾ ਮਜ਼ਾ ਮਾਰਕੀਟ ਦੇ ਵਿੱਚ ਕੋਈ ਸਮਾਨ ਖਾਣ ਨੂੰ ਫੜਨਾ ਸੀ ਬਟ ਜਿੱਦਣ ਦਾ ਇੰਨਾ ਮੀਂਹ ਪਈ ਜਾਂਦਾ ਇੰਨਾ ਮੀਂਹ ਪਈ ਜਾਂਦਾ ਮਤਲਬ ਹਮੇਸ਼ਾ ਦਿਨ ਯਾਦ ਰਹਿਣਾ ਵਾ ਅਤੇ ਇੱਕ ਜੋ ਖੁਸ਼ੀ ਆ ਸਭ ਦੇ ਚਿਹਰੇ 'ਤੇ ਆਪਣੀ ਵੱਡੀ ਭੂਆ ਨੂੰ ਅੱਜ ਉਹ ਪਹਿਲੀ ਵਾਰੀ ਮਿਲਿਆ ਤੁਸੀਂ ਵਲੋਗ ਦੇ ਵਿੱਚ ਦੇਖੋਗੇ ਸਭ ਦੇ ਚਿਹਰੇ 'ਤੇ ਅਤੇ ਮੈਂ ਸਭ ਦਾ ਥੈਂਕਸ ਕਰਦਾ ਜਿਨ੍ਹਾਂ ਨੇ ਮੈਨੂੰ ਕਾਲ ਕੀਤੀ ਮੈਸੇਜ ਕੀਤਾ ਬਹੁਤ ਹੀ ਜ਼ਿਆਦਾ ਥੈਂਕਸ ਖਾਸ ਕਰ ਮਨਜੋਤ ਵੀਰ ਦਾ ਪੰਮੀ ਦਾ ਜਿਹੜੇ ਮੇਰੇ ਸਾਰੇ ਫਰੈਂਡਸ ਨੇ ਖਾਸ ਕਰ ਸੈਮੀ ਦੇ ਪਾਪਾ ਦਾ ਸੰਤ ਪੀਸ ਵਾਲੇ ਅੰਕਲ ਮਤਲਬ ਮਨਜੋਤ ਮੇਰੇ ਡੈਡੀ ਜਿਨ੍ਹਾਂ ਨੇ ਇੰਨੀ ਮੇਰੀ ਸਪੋਰਟ ਕੀਤੀ ਕਾਰ ਵੀ ਉੱਦਣ ਦੀ ਮੇਰੇ ਕੋਲ ਹੀ ਆ ਉਹਨਾਂ ਦੀ ਅਤੇ ਮੈਂ ਬਹੁਤ ਹੀ ਜ਼ਿਆਦਾ ਉਹਨਾਂ ਦਾ ਥੈਂਕਸ ਕਰਦਾ ਮਤਲਬ ਉਹਨਾਂ ਦਾ ਦੇਣ ਨਹੀਂ ਦੇ ਸਕਦਾ ਮੈਂ ਬਹੁਤ ਹੀ ਥੈਂਕਸ ਕਰਦਾ ਉਹਨਾਂ ਦਾ ਮੈਂ ਅਤੇ ਚਲੋ ਮਿਲਦੇ ਹਾਂ ਘਰ ਜਾ ਕੇ ਆਪਾਂ ਆਓ ਜੀ ਸਾਡੇ ਬੇਬੀ ਬੋਆਏ ਦਾ ਕੇਕ ਹੋ ਗਿਆ ਰੇਡੀ ਬਹੁਤ ਸੋਹਣਾ ਕੇਕ ਬਣਾਇਆ ਵੀਰੇ ਨੇ ਥੈਂਕ ਯੂ ਜਤਿਨ ਵੀਰੇ ਇੰਨਾ ਸੋਹਣਾ ਕੇਕ ਬਣਾਉਣ ਲਈ ਅਤੇ ਚਲੋ ਹੁਣ ਜਲਦੀ ਜਲਦੀ ਜੋਤ ਨੂੰ ਅਤੇ ਸਾਡੇ ਟਿੱਡੇ ਨੂੰ ਸਰਪ੍ਰਾਈਜ਼ ਦਿੰਦੇ ਹਾਂ ਸਾਡਾ ਜੀ ਅੱਜ ਤੇਗ ਵੀਰ ਆਇਆ ਘਰੇ ਤੇ ਇਹਦੇ ਹੀ ਅਸੀਂ ਖੁਸ਼ੀ ਦੇ ਵਿੱਚ ਕੇਕ ਤੇ ਪੂਰਾ ਓਏ ਟਿੱਡੀ ਵੈਲਕਮ ਉਹਨੂੰ ਦੁੱਧ ਪਿਲਾਉਣਾ ਵਾ ਵੈਲਕਮ ਤੇਗਵੀਰ ਓਏ ਟਿੱਡੀ ਲਓ ਜੀ ਸਾਡੇ ਤੇਗਵੀਰ ਦਾ ਵੈਲਕਮ ਕੇਕ ਕੱਟਿਆ ਗਿਆ ਜੀ ਉਹ ਜੀ ਦਾਦੀਆਂ ਦੋ ਦਾਦੀਆਂ ਇੱਕ ਭੂਆ ਇੱਕ ਮੰਮੀ ਇਹਨਾਂ ਦੀ ਹੋ ਰਿਹਾ ਸਵਾਗਤ ਅਤੇ ਬਈ ਕਿੱਦਾਂ ਲੱਗਿਆ ਇਹਦਾ ਅਰੇਂਜਮੈਂਟ ਚਾਚੀ ਇੱਦਾਂ ਹੀ ਹੋਣਾ ਚਾਹੀਦਾ ਇਹਦਾ ਹੱਥ ਥੱਲੇ ਕਰੋ ਨਾਲ ਨਾਲ ਆਪਾਂ ਇੱਕ ਸਾਡੇ ਟੀਟਣੀ ਦੀ ਇਹ ਫੋਟੋ ਵੀ ਲੈ ਲਈਏ ਓਏ ਦੀਦੀ ਵਲੌਗ ਦਾ ਕਰਦੇ ਹਾਂ ਇੱਥੇ ਐਂਡ ਅਤੇ ਲਾਸਟ ਵਲੌਗ ਨੂੰ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੱਤਾ ਇੰਨੀ ਜਲਦੀ ਦੇ ਵਿੱਚ ਇੰਨੇ ਜ਼ਿਆਦਾ ਅਪਵਿਊ ਉਹਨੂੰ ਦਿੱਤੇ ਸਾਡੇ ਅਕੋਰਡਿੰਗ ਕਿਸੇ ਦੇ ਅਕੋਰਡਿੰਗ ਘੱਟ ਅਤੇ ਚਲੋ ਮਿਲਦੇ ਹਾਂ ਆਪਾਂ ਅਗਲੇ ਵਲੌਗ ਦੇ ਵਿੱਚ ਇਹਦੇ ਨਾਲ ਬਾਏ ਬਾਏ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬਾਏ